ਨੂੰ ਕ੍ਰਾਈਮ ਦੇ ਇੱਕ ਅਨਸੁਲਝੇ ਕ੍ਰਾਈਮ ਨੂੰ ਸੋਲਵ ਕਰਨ ਦੇ ਵਿੱਚ ਵੱਡੀ ਸਫਲਤਾ ਮਿਲੀ ਹੈ। ਮਿਤੀ 17 ਜੁਲਾਈ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਡਿਵੀਜ਼ਨ ਨੰਬਰ 1 ਦੇ ਵਿੱਚ SHO ਕੋਲ ਕਿ ਇੱਕ ਅਨਆਈਡੈਂਟੀਫਾਈਡ ਲਾਸ਼ ਜਿਹੜੀ ਹੈ ਮਿਲੀ ਹੈ ਨੰਦਨਪੁਰ ਰੋਡ ਦੇ ਉੱਤੇ, ਜਿਹੜੀ ਕਿ ਬੋਰੀ ਦੇ ਵਿੱਚ ਬੰਦ ਕੀਤੀ ਹੋਈ ਸੀ। ਔਰ ਜਦੋਂ ਉਹ ਸਾਰੀ ਗੱਲ ਨੂੰ ਵੈਰੀਫਾਈ ਕੀਤਾ ਕਿ ਉਹ ਜਿਹੜੀ ਡੈੱਡ ਬੋਡੀ ਸੀ ਉਹਦੇ ਸਿਰ 'ਚ ਵੀ ਸੱਟ ਸੀ ਔਰ ਗਲਾ ਕੱਟਿਆ ਹੋਇਆ ਸੀ। ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਮੁਕੱਦਮਾ ਦਰਜ ਕਰਕੇ ਉਹਦੇ 'ਚ ਵਤਸਲਾ ਗੁਪਤਾ ਸਾਡੇ ACP ACP ਨੌਰਥ ਸੁਖਜਿੰਦਰ ਸਿੰਘ ਅਤੇ ਰਾਜੇਸ਼ SHO ਡਿਵੀਜ਼ਨ ਨੰਬਰ 1 ਨੇ ਬੜਾ ਦਿਨ ਰਾਤ ਮਿਹਨਤ ਕੀਤੀ ਔਰ ਆਈਡੈਂਟੀਫਾਈ ਅਸੀਂ ਕਰਨ ਦੇ ਵਿੱਚ ਕਾਮਯਾਬ ਹੋ ਗਏ ਕਿ ਮਨੀਸ਼ ਕੁਮਾਰ ਨਾਮ ਦਾ ਇਹ ਬੰਦਾ ਸੀ, ਜਿਹੜਾ ਕਿ ਪਹਿਲਾਂ ਵੀ ਕ੍ਰਿਮੀਨਲ ਇੱਕ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਔਰ ਪੈਰੋਲ 'ਤੇ ਆਇਆ ਹੋਇਆ ਸੀਗਾ। ਅਸੀਂ ਉਹ ਮਨੀਸ਼ ਕੁਮਾਰ ਦੀ ਆਈਡੈਂਟੀਫਿਕੇਸ਼ਨ ਤੋਂ ਬਾਅਦ ਸਾਰੀ ਬੜੀ ਡਿਟੇਲ 'ਚ ਔਰ ਬਰੀਕੀ ਨਾਲ ਇਨਵੈਸਟੀਗੇਸ਼ਨ ਕੀਤੀ ਮੈਟਰ ਦੀ ਔਰ ਅੱਜ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਕਿ 4 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਆ। ਜੋ ਮੋਟਿਵ ਸਾਹਮਣੇ ਆਇਆ ਕਿ ਜਿਹੜਾ ਮਨੀਸ਼ ਕੁਮਾਰ ਸੀ ਮਰਨ ਵਾਲਾ, ਇਹ ਇੱਕ ਕ੍ਰਿਮੀਨਲ ਕਿਸਮ ਦਾ ਆਦਮੀ ਸੀ, ਜਿਹੜਾ ਇੱਥੇ ਪਹਿਲਾ ਮੁਕੱਦਮਾ 302 ਦਾ ਸੀ ਉਹਦੇ 'ਚ ਇਹਨੇ ਆਪਣੇ ਇੱਕ ਦੋਸਤ ਜਿਹਦੀ ਵਾਈਫ ਨਾਲ ਇਹਦੇ ਰਿਲੇਸ਼ਨ ਹੋ ਗਏ ਸੀ ਉਹਨੂੰ ਮਾਰ ਮੁਕਾਇਆ ਸੀਗਾ ਔਰ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਉਹਦੇ 'ਚ। ਤੋ ਜਿਹੜੇ ਧਰਮਿੰਦਰ ਅਤੇ ਉਪਿੰਦਰ ਦੋ ਫਾਦਰ ਐਂਡ ਸਨ ਨੇ, ਅਦਰਕ ਦਾ ਕੰਮ ਕਰਦੇ ਆ ਸਬਜ਼ੀ ਮੰਡੀ ਦੇ ਵਿੱਚ, ਇਹਨਾਂ ਨੇ ਮਨੀਸ਼ ਕੁਮਾਰ ਤੋਂ ਆਪਣੇ ਪਾਰਟਨਰਸ ਨੂੰ ਕਿਸੇ ਟਾਈਮ 'ਤੇ ਕੁਟਵਾਇਆ ਸੀਗਾ ਅਤੇ ਮਨੀਸ਼ ਕੁਮਾਰ ਨੂੰ ਇਹ ਗੱਲ ਸਮਝ ਆ ਗਈ ਕਿ ਇਹ ਬੰਦੇ ਪੈਸੇ ਵਾਲੇ ਨੇ ਅਤੇ ਇਹਨਾਂ ਨੂੰ ਵਾਰ ਵਾਰ ਉਸ ਗੱਲ 'ਤੇ ਉਹ ਬਲੈਕਮੇਲ ਕਰਕੇ ਪੈਸੇ ਇਹਨਾਂ ਤੋਂ ਐਕਸਟੋਰਟ ਕਰਦਾ ਰਹਿੰਦਾ ਸੀਗਾ। ਹੁਣ ਵੀ ਉਹਨੇ ਆ ਕੇ ਪੈਰੋਲ ਦੇ ਉੱਤੇ ਇਹਨਾਂ ਤੋਂ ਪੈਸੇ ਮੰਗੇ। ਉਸ ਗੱਲ ਤੋਂ ਇਹਨਾਂ ਨੂੰ ਲੱਗਿਆ ਕਿ ਇਹਨੂੰ ਆਪਾਂ ਹਮੇਸ਼ਾ ਵਾਸਤੇ ਇਹਦਾ ਕੰਡਾ ਕੱਢ ਦਈਏ। ਉਹਨਾਂ ਨੇ ਇਹਨੂੰ ਆਪਣੇ ਗੋਦਾਮ 'ਤੇ ਬੁਲਾਇਆ ਗਿਣੀ ਮਿਥੀ ਸਾਜਿਸ਼ ਤਹਿਤ, ਨਾਲ ਉਹਨਾਂ ਨੇ ਆਪਣੇ ਦੋ ਸਾਥੀ